ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਨਰਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ। ਸੋ ਗੱਲ ਕਰਦੇ ਆ ਅੱਜ ਆਪਾਂ 2 ਮਈ ਪੰਜਾਬ ਮੌਸਮ ਕਿ ਸਵੇਰ ਤੋਂ ਲੈ ਕੇ ਅੱਜ ਸ਼ਾਮ ਤੱਕ ਕੀ ਮੌਸਮ ਦੇ ਵਿੱਚ ਹਲਚਲ ਰਹੇਗੀ। ਸੋ ਜਿਵੇਂ ਕਿ ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਟਟਵੇਂ ਰੂਬੇ ਚ ਜਿਹੜੀਆਂ ਮੌਸਮੀ ਗਤੀਵਿਧੀਆਂ ਨੇ ਵੱਖ-ਵੱਖ ਇਲਾਕਿਆਂ ਵਿੱਚ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਉਸੇ ਤਰ੍ਹਾਂ ਕੱਲ ਜਿੱਕਰ ਗੱਲ ਕਰੀਏ ਆਪਾਂ ਦੇਰ ਸ਼ਾਮ ਰਾਤ ਦੀ ਆ ਹੁਸ਼ਿਆਰਪੁਰ ਤੇ ਉਸਦੇ ਨਾਲ ਲੱਗਦੇ ਜਿਹੜੇ ਕੁਝ ਖੇਤਰ ਨੇ ਉਹਨਾਂ ਦੇ ਵਿੱਚ ਜਿਹੜੀ ਬੂੰਦਾਬੰਦੀ ਦੇਖਣ ਨੂੰ ਮਿਲੀ ਹੈ ਮੌਸਮ ਥੋੜਾ ਜਿਹਾ ਗਰਜ ਚਮਕ ਵਾਲਾ ਇਸ ਤੋਂ ਇਲਾਵਾ ਹੋਰ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਬੱਦਲਵਾਈ ਰਾਤ ਦੇ ਸਮੇਂ ਹੋਈ ਹੈ ਤੇ ਹੁਣ ਗੱਲ ਕਰਦੇ ਆਂ ਅੱਜ ਸਵੇਰ ਦੀ 2 ਮਈ 2 ਮਈ ਸਵੇਰ ਤੋਂੜਾ ਪੰਜਾਬ ਦਾ ਮੌਸਮ ਹੈ ਆਪਾਂ ਨੂੰ ਹਲਕੀ-ਫੁਲਕੀ ਜਿਹੀ ਬੱਦਲਵਾਈ ਵਾਲਾ ਦੇਖਣ ਨੂੰ ਮਿਲੂਗਾ ਕਈ ਜ਼ਿਲ੍ਹਿਆਂ ਦੇ ਵਿੱਚ ਸੋ ਜਿਵੇਂ ਕਿ ਤਾਜ਼ਾ ਸੈਟਲਾਈਟ ਤਸਵੀਰ ਦੇ ਆਧਾਰ ਤੇ ਵੀ ਦੇਖ ਰਹੇ ਆ ਕਿ ਮੌਸਮ ਨੂੰ ਜਿਹੜਾ ਪੰਜਾਬ ਦਾ ਸਵੇਰੇ ਜ਼ਿਆਦਾਤਰ ਚੰਗਾ ਸਾਫ਼ ਰਹੇਗਾ ਪਰ ਹਲਕੀ-ਫੁਲਕੀ ਅਤੇ ਸਵੇਰ ਦੇ ਸਮੇਂ ਪੂਰਬੀ ਹਵਾਵਾਂ ਦਾ ਰੁੱਖਾ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਜਿਹੜਾ ਕਿ ਲਗਭਗ ਦੁਪਹਿਰ ਦੇ ਆਪਾਂ ਕਹਿੰਦੇ 11 12 ਜਾਂ 1 ਵਜੇ ਤੱਕ ਜਾਰੀ ਰਹੇਗਾ ਤੇ ਉਸ ਤੋਂ ਬਾਅਦ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਜਿਹੜਾ ਲੋ ਪ੍ਰੈਸ਼ਰ ਏਰੀਆ ਵਧਣੇ ਆਰੰਭ ਹੋ ਜਾਣਗੇ ਲਗਭਗ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਤਾਂ ਇਸੇ ਦੌਰਾਨ ਪੰਜਾਬ ਦੇ ਕਈ ਖਿੱਤਿਆਂ ਦੇ ਵਿੱਚ ਆਪਾਂ ਨੂੰ ਦੁਪਹਿਰ ਤੋਂ ਲੈ ਕੇ ਜਿਹੜਾ ਰਾਤ ਤੱਕ ਦਾ ਸਮਾਂ ਹੋਵੇਗਾ ਤਾਂ ਉਸ ਦੇ ਦਰਮਿਆਨ ਟੁੱਟਵੀਂ ਰੂਪ ਵਿੱਚ ਬੱਦਲਵਾਈ ਬਣ ਅਚਾਨਕ ਇੱਕ ਦੋ ਘੰਟਿਆਂ ਵਿੱਚ ਤੇ ਨਾਲ ਕੁਝ ਹਿੱਸਿਆਂ ਦੇ ਵਿੱਚ ਤੇਜ਼ ਹਵਾਵਾਂ ਚੱਲਣ ਦੇ ਨਾਲ ਜਿਹੜਾ ਬੱਦਲੀ ਗਰਜ ਚਮਕ ਅਤੇ ਹਲਕਾ ਫੁਲਕਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਇੱਕ ਦੋ ਇਲਾਕਿਆਂ ਤੇ ਹੋ ਸਕਦਾ ਹੈ ਕਿ ਤੇਜ਼ ਹਵਾਵਾਂ ਨਾਲ ਸੁੱਜੇ ਤੇਜ਼ ਮੀਂਹ ਦੀਆਂ ਬੁਸ਼ਾਰਾ ਵੀ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਜੋ ਵੀ ਮੌਸਮੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਉਹ ਲਗਭਗ ਟਟਵੇਂ ਰੂਪ ਵਿੱਚ ਹੋਣਗੀਆਂ ਮਤਲਬ ਇੱਕ ਦੋ ਜਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਮੌਸਮ ਥੋੜਾ ਜਿਹਾ ਗੜਬੜ ਵਾਲਾ ਰਹੇਗਾ ਤੇ ਨਾਲ ਦੇ ਜ਼ਿਲ੍ਹਿਆਂ ਦੇ ਵਿੱਚ ਮੌਸਮ ਸਾਫ਼ ਰਹੇਗਾ ਤੇ ਜੇਕਰ ਹੁਣ ਦੇ ਅਨੁਮਾਨ ਦੇ ਆਧਾਰ ਤੇ ਦੇਖੀਏ ਵੀ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਮੌਸਮ ਜਿਹੜਾ ਵਿਗੜ ਸਕਦਾ ਹੈ ਦੁਪਹਿਰ ਤੋਂ ਲੈ ਕੇ ਰਾਤ ਤੱਕ ਤਾਂ ਉਸ ਦੇ ਵਿੱਚ ਕੁਝ ਭਾਗ ਗੁਰਦਾਸਪੁਰ ਦੇ ਅੰਮ੍ਰਿਤਸਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਦੇਸ਼ ਤੋਂ ਇਲਾਵਾ ਨਵਾਂ ਸ਼ਹਿਰ ਨਾਲ ਲੱਗਦੇ ਇਲਾਕੇ ਰੂਪਨਗਰ ਹੋ ਗਿਆ ਐਸਬੀਐਸ ਨਗਰ ਤੇ ਲੁਧਿਆਣਾ ਜ਼ਿਲ੍ਹੇ ਦੇ ਕੁਝ ਉੱਤਰੀ ਭਾਗ ਹੋ ਜਾਣਗੇ ਤੇ ਚੰਡੀਗੜ੍ਹ ਮੁਹਾਲੀ ਤੱਕ ਦੇ ਜਿਹੜੇ ਇਲਾਕੇ ਹੋਣਗੇ ਇਨ੍ਹਾਂ ਹਿੱਸਿਆਂ ਦੇ ਵਿੱਚ ਜਿਹੜਾ ਬਦਲੀ ਹੋ ਸਕਦੀ ਹੈ ਕੁਝ ਭਾਗਾਂ ਵਿੱਚ ਨਾਲ ਬਦਲੀ ਘਰ ਚਮਕ ਦੇਖਣ ਨੂੰ ਮਿਲ ਸਕਦੀ ਹੈ ਇਹ ਹੋ ਸਕਦਾ ਹੈ ਕਿ ਤੇਜ਼ ਹਵਾਵਾਂ ਵੀ ਇੱਕ ਦੋ ਇਲਾਕਿਆਂ ਦੇ ਵਿੱਚ ਵਗ ਸਕਦੀਆਂ ਨੇ ਤੇ ਬੂੰਦਾਬاندی ਦਾ ਮਾਹੌਲ ਇਨ੍ਹਾਂ ਜ਼ਿਲ੍ਹਿਆਂ ਦੇ ਕੁਝ ਭਾਗਾਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਤੇਜ ਤੋਂ ਇਲਾਵਾ ਫਰੂਜ਼ਪੁਰ ਹੋ ਗਿਆ ਕੁਝ ਭਾਗ ਮੋਗਾ ਤੇ ਫਰੀਦਕੋਟ ਦੇ ਬਰਨਾਲਾ ਹੋ ਗਿਆ ਸੰਗਰੂਰ ਕੁਝ ਭਾਗ ਬਠਿੰਡਾ ਤੇ ਮਾਨਸਾ ਦੇ ਸੋ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਜਿਹੜੇ ਅਜਹੀਆਂ ਹੀ ਹਲਕੀਆਂ ਫੁਲਕੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਹੋ ਸਕਦਾ ਹੈ ਕਿ ਇਨ੍ਹਾਂ ਇਲਾਕਿਆਂ ਵਿੱਚ ਬੱਦਲਬਾਈ ਬਣ ਸਕਦੀ ਹੈ ਤੇ ਇੱਕ ਇੱਕ ਦੋ ਭਾਗਾਂ ਦੇ ਵਿੱਚ ਜਿਹੜੀ ਬੂੰਦਾਬੰਦੀ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਤੇਜ਼ ਹਵਾਵਾਂ ਦੇ ਨਾਲ ਕਿਉਂਕਿ ਹੁਣ ਪ੍ਰੀ ਮੌਨਸੂਨ ਦਾ ਸੀਜ਼ਨ ਦਾ ਸਮਾਂ ਹੈ ਸੋ ਜਿਸ ਕਰ ਕਿੜੀਆਂ ਮੌਸਮੀ ਗਤੀਵਿਧੀਆਂ ਨੇ ਅਚਾਨਕ ਹੀ ਬੱਦਲ ਬਣਦੇ ਨੇ ਜਿਸ ਖੇਤਰ ਦੇ ਵਿੱਚ ਜਿਹੜਾ ਲੋ ਪ੍ਰੈਸ਼ਰ ਏਰੀਆ ਬਣ ਜਾਂਦਾ ਹੈ ਹਵਾਵਾਂ ਦਾ ਦਬਾਅ ਘਟ ਜਾਂਦਾ ਹੈ ਤਾਂ ਉਸ ਇਲਾਕੇ ਦੇ ਵਿੱਚ ਜਿਹੜਾ ਬੱਦਲ ਬਣਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਬਾਰੇ ਪੂਰਵ ਅਨੁਮਾਨ ਲਗਾਉਣਾ ਜਿਹੜਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਸੋ ਹਵਾਵਾਂ ਦਾ ਰੁਖ ਮੱਦੇ ਨਜ਼ਰ ਰੱਖਦੇ ਹੋਏ ਜਿਹੜਾ ਅਨੁਮਾਨ ਲਗਾਏ ਨੇ ਆਪਾਂ ਵੀ ਇਨ੍ਹਾਂ ਖੇਤਰਾਂ ਦੇ ਵਿੱਚ ਹੋ ਸਕਦਾ ਹੈ ਕਿ ਮੌਸਮੇ ਥੋੜਾ ਜਿਹਾ ਗੜਬੜੀ ਵਾਲਾ ਦੁਪਹਿਰ ਤੋਂ ਲੈ ਕੇ ਰਾਤ ਤੱਕ ਹੋ ਸਕਦਾ ਹੈ ਤੇ ਇਸ ਤੋਂ ਬਿਨਾ ਪ ਵਿੱਚ ਵੀ ਅਜਹੀਆਂ ਹੀ ਕਾਰਵਾਈਆਂ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਤੇ ਬਾਕੀ ਸਮੇਂ ਦੇ ਹਿਸਾਬ ਨਾਲ ਜਿਵੇਂ ਵੀ ਕਿਸੇ ਇਲਾਕੇ ਦੇ ਵਿੱਚ ਕੋਈ ਮੌਸਮ ਦੀ ਵੱਡੀ ਗਤੀਵਿਧੀ ਮੀਂਹ ਬੱਦਲਵਾਈ ਜਾਂ ਹੋਰ ਕਾਰਵਾਈਆਂ ਦੇ ਸੰਬੰਧੀ ਅਨੁਮਾਨ ਪ੍ਰਾਪਤ ਹੋਵੇਗਾ ਤਾਂ ਉਸ ਦੀ ਜਾਣਕਾਰੀ ਵੀ ਆਪਾਂ ਸਮੇਂ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਜਰੂਰ ਕਰਾਂਗੇ ਸੋ ਲਗਾਤਾਰ ਮੌਸਮ ਪੰਜਾਬ ਦੀ ਅਪਡੇਟ ਲਈ ਚੈਨਲ ਪੰਜਾਬ ਵੈਦਰ ਨਾਲ ਬਨੇ ਰਹੋ ਧੰਨਵਾਦ ਜੀ